ਮੈਂ ਅਕਸਰ ਬੋਲਦਾ ਰਿਹਾ ਕਿ ਦਫ਼ਤਰਾਂ ਦੀਆਂ ਖੱਜਲ ਖੁਆਰੀਆਂ ਖਤਮ ਕਰਨੀਆਂ ਨੇ। ਸਾਡੇ ਬਜ਼ੁਰਗਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਗੇੜੇ ਮਾਰਦਿਆਂ ਦੀਆਂ, ਜੁੱਤੀਆਂ ਘਸ ਗਈਆਂ ਝਿੜਕਾਂ ਖਾਂਦਿਆਂ ਦੀਆਂ। ਸੁਰਜੀਤ ਪਾਤਰ ਜੀ ਨੇ ਲਿਖਿਆ, ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ, ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਕਹਿੰਦੇ ਕਹਾਉਂਦੇ ਜ਼ਿਮੀਂਦਾਰ ਪਿੰਡ ਚ ਜਿਨ੍ਹਾਂ ਨੂੰ ਸਲੂਟ ਵੱਜਦੇ ਨੇ, ਸਰਦਾਰ ਸਾਹਿਬ ਕੀ ਹਾਲ ਚਾਲ ਹੈ, ਫਲਾਨਾ ਸਿੰਘ ਲੰਘਿਆ, ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਝਿੜਕਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ, ਉਹ ਬੁੱਧਵਾਰ ਹੀ ਨੀ ਕਦੇ ਆਉਂਦਾ ਯਾਰ, ਉਹ ਬੁੱਧਵਾਰ, ਉਹ ਵੀਰਵਾਰ, ਉਹ ਮੰਗਲਵਾਰ ਆਈ ਨੀ ਕਦੇ। ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ, ਫਿਰ ਸ਼ਹਿਰ ਜਾਂਦੇ ਦੇਖਿਆ, ਫਿਰ ਵਾਪਸ ਆਉਂਦੇ ਦੇਖਿਆ। ਇੱਕ ਦਿਨ ਮੈਂ ਪੁੱਛ ਲਿਆ, ਦਾਦਾ ਜੀ ਬਾਬਾ ਕਹਿੰਦੇ ਸਾਡੇ ਮਲ ਵਿੱਚ, ਬਾਬਾ ਕਹਿੰਦੇ ਆ ਦਾਦਾ ਜੀ, ਮੈਂ ਕਿਹਾ ਬਾਬਾ ਕਿੱਥੇ ਜਾਂਦਾ ਹੁੰਦਾ ਰੋਜ਼ ਤੇ ਕਿੱਥੋਂ ਆ ਜਾਂਦਾ ਹੁੰਦਾ? ਉਹ ਕਹਿੰਦਾ ਤੈਨੂੰ ਨੀ ਪਤਾ ਪੁੱਤ ਕੰਮਾਂ ਦਾ, ਬਸ ਜੇ ਕੰਮ ਬਣ ਜੇ ਮੇਰਾ ਜੀਵਨ ਸੁਖੀ ਹੋ ਜੇ। ਮੈਂ ਕਿਹਾ ਵੀ ਪਤਾ ਨੀ ਕਿਹੜਾ ਕੰਮ ਹੈ। ਕੰਮ ਕੀ ਸੀਗਾ ਜੀ? ਫਰਦ ਕਢਾਉਣੀ ਸੀ। ਫਰਦ ਨੇ ਹੀ ਜ਼ਿੰਦਗੀਆਂ ਖਰਾਬ ਕਰ ਰੱਖੀਆਂ। ਅੱਜ ਸਭ ਤੋਂ ਵੱਧ ਮੈਂ ਫਰਦ ਕੇਂਦਰ ਤੇ ਗਿਆ, ਸਭ ਤੋਂ ਵੱਧ ਫਰਦ ਹੀ ਨਿਕਲ ਰਹੀਆਂ ਨੇ। ਅੱਜ ਵੀ 100 ਤੋਂ ਪਾਰ ਕਰੀ ਬੈਠੇ ਨੇ, ਬਾਕੀ ਕੋਈ 15 ਹੈ, ਕੋਈ 17 ਹੈ, ਕੋਈ 20 ਹੈ, ਕੋਈ 25 ਹੈ, ਫਰਦਾਂ 100। ਯਾਰ ਸਾਡੀ ਜ਼ਮੀਨ ਹੈ, ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ, ਕਿਸੇ ਹੋਰ ਦੀ ਫਰਦ ਮੰਗਦੇ ਆ? ਅੱਛਾ ਹੋਰ ਵਾਲੇ ਤਾਂ ਪਹਿਲੀ ਨੂੰ ਕੱਢ ਲੈਂਦੇ ਨੇ, ਨਜਾਇਜ਼ ਕਬਜ਼ੇ ਵਾਲਿਆਂ ਨੂੰ ਤਾਂ ਪਤਾ ਨੀ ਕਿੱਥੋਂ ਮਿਲ ਜਾਂਦੀਆਂ ਨੇ ਜਿਹੜੀਆਂ ਫਰਦਾਂ। ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ, ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ, ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ। ਖੇਵਟਾਂ ਖਤੌਨੀਆਂ ਚ ਫਸਾ ਰੱਖਿਆ ਯਾਰ। ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਅੱਜ ਜਗ੍ਹਾ ਜਗ੍ਹਾ ਤੇ